ਐਸ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ। ਵੀਰ ਅਸੀਂ ਤੁਹਾਡੇ ਲਈ ਚੈਨਲ ਵਾਜਦੇ ਦਿਖਾ ਰਹੇ ਹਾਂ 27 ਸਾਲ ਦੀ ਇਹ ਜਿਹੜੀ ਲੜਕੀ ਹੈ ਇਹਨਾਂ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ। ਅਸੀਂ ਦੱਸ ਦਈਏ ਕਿ ਇਸ ਮਾਮਲੇ ਚ ਆਈਡੈਂਟੀਫਾਈ ਕੀਤਾ ਹੈਗਾ ਪੁਲਿਸ ਨੇ ਇਸ ਲੜਕੀ ਨੂੰ, ਔਰ ਮਾਫ਼ ਕਰਨਾ ਮੈਂ ਏਜ ਸੋਰੀ ਤੁਹਾਨੂੰ 27 ਸਾਲ ਕਹਿ ਗਿਆ, ਇਹਨਾਂ ਦੀ ਉਮਰ 20 ਸਾਲ ਹੈਗੀ ਹੈ। ਸੋ ਲੜਕੀ ਦਾ ਨਾਮ ਹੈਗਾ ਮਕਾਲਿਆ ਜ਼ੇਨ ਰੌਕਸਬਰਗ ਕਿਪੀਨੋ, ਇਹਨਾਂ ਦੀ ਉਮਰ 20 ਸਾਲ ਹੈਗੀ ਹੈ। ਟੋਰੋਂਟੋ ਪੁਲਿਸ ਨੇ ਸਾਨੂੰ ਇਹ ਤਸਵੀਰ ਦਿੱਤੀ ਹੈਗੀ ਹੈ, ਔਰ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੈਗੇ ਹੋ ਇਹ ਉਹ ਲੜਕੀ ਹੈ ਜਿਨ੍ਹਾਂ ਦਾ ਕਿ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ। ਸੋ ਇਸ ਮਾਮਲੇ ਦੇ ਵਿਚ ਜਿਹੜੀ ਲੜਕੀ ਦਾ ਕਤਲ ਕੀਤਾ, ਇਸ ਮਾਮਲੇ ਦੇ ਵਿਚ 27 ਸਾਲ ਦੇ ਹੈਰੋਲਡ ਸੰਤਾਨਾ ਸਾਇਮਨ, ਜਿਨ੍ਹਾਂ ਦਾ ਸੰਬੰਧ ਵੌਨ ਤੋਂ ਹੈਗਾ, ਉਨ੍ਹਾਂ ਨੂੰ ਅਰੈਸਟ ਕਰਕੇ ਇਸ ਕਤਲ ਦੇ ਮਾਮਲੇ ਦੇ ਵਿਚ ਜਿਹੜਾ ਉਹ ਚਾਰਜ ਕਰ ਲਿਆ ਗਿਆ। ਮਾਮਲਾ ਸੀਗਾ ਪੁਲਿਸ ਨੂੰ ਬੁਲਾਇਆ ਗਿਆ ਸੀ ਐਗਲਿੰਟਨ ਐਵਨਿਊ ਵੈਸਟ ਔਰ ਨਾਰਥ ਕਲਿਫ ਬੁਲੇਵਾਰਡ ਦੇ ਵਿਚ ਡਫਰਿਨ ਸਟਰੀਟ ਦੇ ਨੇੜੇ। ਸ਼ਨੀਵਾਰ ਸਵੇਰੇ 5 ਵਜੇ ਇਸ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਸੋ ਵਾਰਦਾਤ ਤੋਂ ਬਾਅਦ ਇਹ 20 ਸਾਲ ਦੀ ਲੜਕੀ ਦਾ ਕਤਲ ਹੋਇਆ ਔਰ 27 ਸਾਲ ਦੇ ਇੱਕ ਨੌਜਵਾਨ ਦੀ ਗ੍ਰਿਫਤਾਰੀ ਇਸ ਮਾਮਲੇ ਚ ਹੋ ਗਈ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ।